ਸ਼੍ਰੀਕਾਲ ਜੀ, ਨਿੰਮਾ ਬੋਲਟ ਖੰਨਾ। ਅੱਜ ਆਪਾਂ ਤੁਹਾਨੂੰ ਬੋਲਟ ਦੀਆਂ ਕੀਮ ਸੈਟਿੰਗ ਬਾਰੇ ਦੱਸਾਂਗੇ। ਆ ਜਾਓ ਫਿਰ ਦੇਖੀਏ ਇਹਦੀ ਸੈਟਿੰਗ ਬਾਰੇ ਕਿ ਕੀ ਕੁਛ ਹੁੰਦਾ ਇਹਦੇ ਵਿੱਚ। ਬਹੁਤ ਸਾਰੇ ਵੀਰ ਭਰਾਵਾਂ ਦੇ ਮੈਸੇਜ ਆਉਂਦੇ ਸੀ ਕਿ ਹਾਂਜੀ ਇਹਦੀ ਸਾਨੂੰ ਸੈਟਿੰਗ ਬਾਰੇ ਦੱਸਿਓ, ਅਤੇ ਆਹ ਤੁਸੀਂ ਚੈੱਕ ਕਰੋ ਕਿ ਹਾਂਜੀ ਇਹਦੇ ਵਿੱਚ ਆ ਜਿਹੜੀ ਆ ਪਲੇ ਦਿਖਦੀ, ਆਹ ਤੁਸੀਂ ਦੇਖ ਸਕਦੇ ਹੋ, ਆਹ ਲਓ ਕਿ ਹਾਂਜੀ ਆਹ ਗਰਾਰੀਆਂ ਕਿੱਦਾਂ ਹਿਲਦੀਆਂ ਨੇ। ਇਹਦੇ ਵਿੱਚ ਆਹ ਜਿਹੜੇ ਸਪੈਂਡਲ ਨੇ ਇਹ ਨੌਨ ਐਡਜਸਟੇਬਲ ਨੇ। ਜਿਹੜੇ ਵੀਰ ਭਰਾ ਆਪਣੇ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਜੇ ਵੀਡੀਓ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਨਾ ਭੁੱਲਿਓ। ਅਤੇ ਇਹਦੇ ਵਿੱਚ ਆਹ ਜਿਹੜੀ ਢਿੱਲ ਹੁੰਦੀ ਆ ਇਹਦੀਆਂ ਆਵਾਜ਼ਾਂ ਬਹੁਤ ਹੁੰਦੀਆਂ ਨੇ, ਅਤੇ ਅੱਜ ਆਪਾਂ ਇਹਨਾਂ ਨੂੰ ਹੀ ਸੈੱਟ ਕਰਨਾ। ਅਤੇ ਇਹ ਕਿੱਦਾਂ ਸੈੱਟ ਹੋਣਗੀਆਂ, ਇਹ ਸਪੈਂਡਲ ਹੁੰਦੇ ਨੇ, ਇਹ ਨਵੇਂ ਪਾਉਣੇ ਪੈਂਦੇ ਨੇ। ਇਹ ਨਵੇਂ ਆਪਾਂ ਹੁਣ ਐਡਜਸਟੇਬਲ ਪਾਵਾਂਗੇ, ਇਹ ਪਹਿਲਾਂ ਨੌਨ ਐਡਜਸਟੇਬਲ ਨੇ। ਸਿਰਫ ਆਪਾਂ ਸਪੈਂਡਲ ਚੇਂਜ ਕਰਕੇ ਇਹਦੀ ਆਵਾਜ਼ ਸਾਈਲੈਂਟ ਕਰ ਦੇਣੀ ਹੈ। ਕੇਮਾਂ ਨਵੀਆਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਕੇਮਾਂ ਨਵੀਆਂ ਅਣਸਰਦੇ ਨੂੰ ਪੈਂਦੀਆਂ ਨੇ। ਜਦ ਮਤਲਬ ਇਹ ਹੋਵੇ ਕਿ ਹਾਂਜੀ ਹੁਣ ਪਾਉਣੀ ਪੈਣੀਆਂ ਨੇ, ਨਹੀਂ ਕਦੇ ਵੀ ਕੇਮ ਨਵੀਂ ਨਹੀਂ ਪਾਉਂਦੇ, ਪੁਰਾਣੀ ਨੂੰ ਹੀ ਸੈੱਟ ਕਰੀਦਾ। ਇਹਨਾਂ ਨੂੰ ਆਪਾਂ ਹੁਣ ਕਰਾਂਗੇ ਸਪੈਂਡਲ ਕੱਢ ਕੇ, ਨਵੀਆਂ ਕੇਮਾਂ ਪਾ, ਕੇਮਾਂ ਪੁਰਾਣੀਆਂ, ਸਪੈਂਡਲ ਨਵੇਂ ਪਾ ਕੇ ਇਹਦੀ ਓਕੇ ਰਿਪੋਰਟ, ਅਤੇ ਵੀਡੀਓ ਚੈੱਕ ਕਰਿਓ ਫਿਰ ਨੈਕਸਟ ਪਾਵਾਂਗੇ। ਅਤੇ ਜੇ ਆ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਸਿਰਫ ਆਹ ਜਿਹੜੀ ਢਿੱਲ ਆਈ ਦੀ ਆਵਾਜ਼ ਆਉਂਦੀ ਹੈ ਇਹਦੇ ਵਿੱਚ, ਉਹ ਆ ਸਪੈਂਡਲ ਪਾਏ 'ਤੇ ਖਤਮ ਹੋ ਜਾਣੀ ਹੈ। ਧੰਨਵਾਦ ਜੀ, ਨਿੰਮਾ ਬੋਲਟ ਖੰਨਾ।